हेलो एंड वेलकम गाइस, कमें आई होप तुसी सारे घेंट होवोगे। तो गाइस आपां वी पूरे घेंट हां। तो गाइस अज ना थोड़ा जिहा पहलां चले सीगे काम, ठीक है, थोड़ा जिहा काम आ जाके आउणा वा। उदू बाद आपां ट्रैक्टर दे दाव वाले होवांगे, फिर ट्रैक्टर दा कोई ना कोई काम धंधा करांगे, जां तां रेस लवा लियावांगे, ते रेस ही यार वड्डी वी तां रेस ही लवा के लियावांगे, जां कोई मैटिंग मूटिंग दा करांगे, जां लाइटिंग दा, कुछ ना कुछ तां करांगे, ठीक है। ते सब तों पहलां आपां थोड़ा काम जाणा वा, उत्थे जा आईए। बस आए उ बाला टाइम ना लगे, दो तीन घंटे निबड़ जाए काम, ठीक है। फिर उदू बाद ट्रैक्टर दुआले होंने। गाइस हुण चले सीगे आपां तलवंडी, ते तलवंडी आपां लैके आउणी आ हुण ना छतरी दी डाउन सीलिंग दा काम करांगे स्टार्ट, ठीक है, कल तो। ते अज माड़ा मोटा आपां समान इकट्ठा कर लगे, अज चले तलवंडी पहला सब तो लैके आउंदे आपां उपर एलईडी, ठीक है, जिसते नेम प्लेट भी नाम आउंदा हुंदा, जिवें उपर आया करूगा लक्की गोल्ड स्मिथ जां कुछ भी इदां दा, हैना, ਉਹ ਲੈ ਕੇ ਆਉਂਦੇ ਆ। ਬਾਕੀ ਤੁਹਾਨੂੰ ਵੀ ਦਿਖਾਉਂਦੇ ਆ ਕਿੱਦਾਂ ਦੀ ਆ, ਕਿੱਦਾਂ ਦੀ ਮਿਲਦੀ ਆ, ਪਰ ਆਪਾਂ ਲਿਆਵਾਂਗੇ ਗਾਈਸ ਮਲਟੀ ਕਲਰ ਵਾਲੀ, ਠੀਕ ਆ, ਬਸ ਜਾਈ ਜਾਂਦੇ ਆ। ਤੇ ਮਲਟੀ ਕਲਰ ਵਾਲੀ ਲਿਆਵਾਂਗੇ ਕਿਉਂਕਿ ਉਹ ਚ ਈਮੋਜੀ ਊਮੋਜੀ ਸਾਰਾ ਕੁਛ ਘੈਂਟ ਵਾਲੀ ਲਿਆਵਾਂਗੇ। ਬਾਕੀ ਹੋਰ ਵੀ ਦੇਖਦੇ ਆ, ਜੇ ਕੁਛ ਚੰਗਾ ਲੱਗਿਆ, ਪੈਰ ਵਾਲੀ ਰੇਸ ਹੋਈ ਉਹ ਵੀ ਲਿਆ ਲਿਆਵਾਂਗੇ, ਜਿਹੜਾ ਜਿਹੜਾ ਕੁਛ ਚੰਗਾ ਲੱਗਿਆ ਜਾ ਕੇ ਲੈ ਆਉਣਾ, ਠੀਕ ਆ। ਬਾਕੀ ਹੁਣ ਜਾਈ ਜਾਂਦੇ ਆ, ਫਿਰ ਦੇਖਦੇ ਆ। ਗਾਈਸ ਆ ਗਏ ਸੀਗੇ ਤਲਵੰਡੀ ਬਾਈ ਕੋਲੇ, ਤੇ ਹੁਣ ਨਾ ਇੱਥੋਂ ਆਪਾਂ ਦੇਖਦੇ ਆ ਜਿਹੜਾ ਜਿਹੜਾ ਸਮਾਨ ਆਪਾਂ ਨੂੰ ਚਾਹੀਦਾ ਹੋਇਆ ਉਹ ਲੈ ਲੈਣਾ, ਠੀਕ ਆ ਚਾਚੀ। ਸਟੀਅਰਿੰਗ, ਸਟੀਅਰਿੰਗ ਤਾਂ ਆਪਣਾ ਬਣੀ ਜਾਂਦਾ ਯਾਰ, ਬਹੁਤ ਘੈਂਟ ਉਹ ਕੀ ਕਹਿੰਦੇ ਹੁੰਦੇ ਉਹ ਲਾ ਲੈਣਾ ਵਾ। ਬਾਈ ਨੂੰ ਕਿਹਾ ਸੀਗਾ ਇੱਕ ਨੂੰ ਯਾਰ, ਉਹ ਕਹਿੰਦਾ ਮੈਂ ਬਣਾ ਕੇ ਦੂੰ। ਆਹ ਵੀ 25,000 ਜੇ ਚਾਹੀਦੀ ਹੁੰਦੀ ਕਈ ਵਾਰ ਤੇਲ ਤੂਲ ਮੈਨ ਨੂੰ, ਹਨਾ, ਠੀਕ ਆ। ਤੇ ਹੋਰ ਬਾਈ ਜੀ, ਤੇ ਆ ਚੱਕ ਜਗਾ ਦੀਆਂ ਲਾਈਟਾਂ ਲੁੱਟਾਂ ਮੁੰਡਿਓ, ਕਰੋ ਦਰਸ਼ਨ। ਤੇ ਇੱਕ ਨਾ ਆਪਾਂ ਰੇਸ ਲੈ ਕੇ ਜਾਣੀ ਆ ਪੈਰ ਵਾਲੀ ਯਾਰ, ਹਾਂ ਆਹ ਬਾਈ ਇਹ ਜਾ ਕੇ ਆਪਾਂ ਫਿੱਟ ਤਾਂ ਆਪ ਹੀ ਕਰ ਲਾਂਗੇ ਜਾਂ ਉੱਥੋਂ ਕਰਾ ਲਾਂਗੇ, ਠੀਕ ਆ। ਆਹ ਰੇਸ ਲੈ ਕੇ ਜਾਣੀ ਆ, पूरी एक ता रेस लेके जावांगे। होर ਇਹ ਕੀ ਪ੍ਰੋਜੈਕਟ? ਇਹ ਤਾਂ ਉਹ ਆ ਸਟੀਅਰਿੰਗ ਵਾਸਤੇ, ਹਨਾ ਬਾਈ, ਸਪੋਰਟ ਸਪਿਨ ਕਾਪਾ, ਇਹ ਜਗਾੜ ਉੱਚਾ ਕਰਨ ਵਾਸਤੇ, ਸਪੋਰਟਸ ਵਾਲਾ ਸਟੀਅਰਿੰਗ ਫਿੱਟ ਨਹੀਂ ਨਾ ਆਉਂਦਾ, ਇਹਦੇ ਚ ਕਾਬਲੇ ਬਹਿ ਜਾਂਦੇ ਆ ਥੱਲੇ, ਇਹ ਟ੍ਰੈਕਟਰ ਨਾਲ ਫਿੱਟ ਹੋ ਜਾਂਦਾ। ਉਹ ਠੀਕ ਆ, ਸਮਝ ਗਿਆ, ਉਹ ਪੱਛੇ ਜਿਹੜਾ ਪੋਲਾ ਆ ਆਉਂਦਾ, ਠੀਕ ਆ ਠੀਕ ਆ ਠੀਕ ਆ ਜੀ। ਆਪਾਂ ਕਵੇਂ ਆ, ਸਾਡੇ ਵਾਲਾ ਹੁਣ ਅਸੀਂ ਪਲੇਟਫਾਰਮ ਜਿਹਾ ਬਣਾਇਆ, ਹਨਾ ਬਾਈ, ਜੇ ਸਟੀਅਰਿੰਗ ਉੱਚਾ ਚੱਕਣਾ ਹੋਵੇ ਕੋਈ ਜਗਾੜ ਹੋ ਜੂ, ਹਾਂ ਸ਼ਾਟ ਲੰਮੀ ਹੈ, ਕਰ ਗਏ ਯਾਰ ਚਾਚਾ, ਜਿੰਨਾ ਮਰਜ਼ੀ ਕਰ ਲੈ, 2 ਇੰਚ ਕਰ ਲੈ, 10 ਇੰਚ ਕਰ ਲੈ, ਲੰਮਾ ਹੈ ਉਹ, ਚੱਲ ਦੇਖਦੇ ਆ ਯਾਰ ਬਾਈ ਜੀ। ਹੁਣ ਨਾ ਥੋੜਾ ਜਿਹਾ ਇੰਜ ਲੱਗਦਾ ਕਿਵੇਂ ਸੀਟ ਉੱਚੀ ਹੋ ਕਰਤੀ ਬਾਈ ਯਾਰ, ਫਿਰ ਥੋੜਾ ਇੱਥੇ ਹੀ ਆ ਜਾ, ਹੂੰ, ਤਾਰ ਵੀ ਡਾਉਂਦੇ ਸ਼ਾਟ ਥੱਲੇ ਲੰਮੀ ਹੋ ਜਾਂਦੀ ਆ, ਉਹ ਜਗਾ ਕੇ ਦਿਖਾਉਂਗੇ ਬਾਈ। ਗਾਈਸ ਆਪਾਂ ਲੈਣ ਆਏ ਅੱਜ ਮੇਨ, ਆਹ ਇਹਨੂੰ ਐਲਈਡੀ ਕਹਿੰਦੇ ਕਿ ਸ਼ੋਰ ਕਹਿੰਦੇ ਬਾਈ, ਸਕਰੀਨ ਕਹਿੰਦੇ ਚੱਲਦੀ, ਹਾਂ ਸਕਰੀਨ ਐਲਈਡੀ, ਹੈ ਨਾ। ਦੂਜੀ ਕਿੱਥੇ ਆ ਜਿਹੜੀ ਆਪਾਂ ਲੈਣੀ ਆ, ਥੱਲੇ ਵਾਲੀ ਆ, ਅੱਛਾ ਤਾਰਾਂ ਲਾਈਆਂ ਪਈਆਂ, ਹੈ ਨਾ, ਚੱਲ ਗਾਈ ਤੁਹਾਨੂੰ ਜਗਾ ਕੇ ਦਿਖਾਉਂਦੇ ਆਪਾਂ, ਪੇਸਟਿੰਗ ਤਾਂ ਕਰਾਵਾਂਗੇ ਆਪਾਂ ਕੱਲ ਨੂੰ ਲੱਗ ਗਏ ਜਾਣਾ ਯਾਰ, ਮਜੀ ਆ ਨਾ ਯਾਰ, ਉਹ ਵੇਖੀ ਸੀ ਕਿੱਡੀ ਵੱਡੀ ਚੱਕੀ ਫਿਰਦੇ ਸੀ ਪਿੱਛੋਂ ਆਏ, ਸਹੀ ਗੱਲ ਆ, ਦੋ ਕਿੰਚੀ ਲੱਗਦੀ ਹੈ ਨਾ, ਵੀਲ ਵੂਲ ਵੀ ਪਏ ਆ ਬਾਈ ਕੋਲੇ, ਕਿਉਂ ਜਮਾਂ ਓਕੇ ਰਿਪੋਰਟ ਕਰਕੇ ਮਿਲੇ, ਵਿੱਚ ਵਿੱਚ ਜਗਾੜ ਪੂਰਾ ਕੀਤਾ ਵਾ ਬਾਈ, ਵੀਲ ਸਾਨੂੰ ਵੈਸੇ ਟੋਚਣ ਵਾਸਤੇ ਚਾਹੀਦੇ ਹੁੰਦੇ ਆ, ਉਦੋਂ ਸਾਨੂੰ ਉਹ ਇੱਕ ਗੱਲ ਆ ਯਾਰ ਬਾਈ ਦੀ ਸਿਫਤ, ਜਦੋਂ ਵੀ ਟੋਚਣ ਵਾਸਤੇ ਵੇਟ ਚਾਹੀਦੇ ਹੁਣ ਬਾਈ ਉਦੋਂ ਹੀ ਆਪਾਂ ਨੂੰ ਦੇ ਜਾਂਦਾ ਵੇਟ ਵੂਟ, ਅਤੇ ਬਾਈ ਨੇ ਪੈਸੇ ਅੱਜ ਤੱਕ ਨਹੀਂ ਆਪਣੇ ਤੋਂ ਮੰਗੇ, ਬਾਈ ਕਹਿੰਦਾ ਹੁੰਦਾ ਤੁਸੀਂ ਵੇਟ ਲੈ ਜਾਓ ਕਿਹੜਾ ਮੇਲਾ ਲਾ ਕੇ ਆਓ, ਇਹ ਬਾਈ ਦੀ ਸਿਫਤ ਆ ਕਿ ਨਹੀਂ, ਵੇਟ ਵੂਟ ਤਾਂ ਉਦੋਂ ਹੀ ਬਾਈ ਕਰ ਦਿੰਦਾ, ਕਹਿੰਦਾ ਲੱਕੀ ਲੈ ਜਾ ਚੱਕ ਜਿਹੜਾ ਕੁਝ ਚਾਹੀਦਾ, 20 ਰਿਲ ਗਿਆ ਬਾਈ ਮੈਂ ਇੱਥੋਂ, ਅਤੇ ਹਜੇ ਤੱਕ ਮੋੜੇ ਵੀ ਨਹੀਂ ਗਏ, ਨਹੀਂ ਯਾਰ ਆਈ ਤਾਂ ਇਹੀ ਤਾਂ ਫਿਰ ਫਰਕ ਹੁੰਦਾ ਬੰਦੇ ਬੰਦੇ ਦਾ ਯਾਰ, ਹੁਣ ਹੈ ਇਹ ਦੂਜੀਆਂ ਲਾਈਟਾਂ, ਇਹ ਵੀ ਪੁਰਾਣੇ ਟ੍ਰੈਕਟਰ 'ਤੇ ਲੱਗੀਆਂ ਹੁੰਦੀਆਂ ਜਿਹੜੀਆਂ ਬੋਲਾ ਚਾਨਣ, ਹੈ ਨਾ, ਅਤੇ ਗਾਈਸ ਦੇਖਦੇ ਆ ਆਹ AK-47 ਨਵੀਂ ਹੈਗੀ, ਇਹ 'ਤੇ ਪਤੰਦਾ ਉਹ ਵੀ ਲੱਗੀ ਆ, ਕੀ ਹੁੰਦੀ ਆ ਦੂਰਬੀਨ ਜੀ, ਨਹੀਂ ਨਹੀਂ ਦੂਰਬੀਨ ਜੀ ਕੋਈ ਕਹਿੰਦੇ ਹੁੰਦੇ ਆ, ਅੱਛਾ ਠੀਕ ਆ, ਪਤਾ ਨਹੀਂ ਇੰਨਾ ਤਾਂ ਮੈਨੂੰ ਵੀ, ਹੋਰ ਦੇਖ ਲਾ ਚਾਚਾ ਕੁਛ ਲਿਜਾਣਾ ਤਾਂ। ਗਾਈਸ ਬਾਕੀ ਬਾਈ ਕੋਲੇ ਛਤਰੀਆਂ ਛੁਤਰੀਆਂ ਓਕੇ ਦੀ ਰਿਪੋਰਟ ਹੁੰਦੀਆਂ, ਆਹ ਲਾਈਟਾਂ ਬਹੁਤ ਸੋਹਣੀਆਂ, ਉਹ ਆਹ ਲਾਈਟਾਂ ਨਾ ਆਪਾਂ ਲਾਈਏ ਛਤਰੀ 'ਚ, ਨਹੀਂ ਯਾਰ ਮੈਨੂੰ ਤਾਂ ਸੋਹਣੀਆਂ ਲੱਗਦੀਆਂ,
ਪਰ ਆਪਾਂ ਡਿਜ਼ਾਈਨ ਹੀ ਕੋਈ ਹੋਰ ਪਾਉਣਾ ਨਾ ਇਹਦਾ ਆਪਣੇ ਸਕਰੀਨ ਆ ਜਾਣੀ ਇੱਕ ਬਾਈ ਮਾਊਸ ਲਾਈਟਾਂ ਹੀ ਹੁੰਦੀਆਂ ਛਤਰੀ ਦੇ ਉੱਤੇ ਲੱਗੀਆਂ ਹਨਾ ਉਹ ਵੀ ਦੇਖਦੇ ਆ ਚਾਚਾ ਉਹ ਤਾਂ ਉੱਤੇ ਵੇਖ ਲਾਂਗੇ ਯਾਰ ਹਮਰ ਲਾਈਟਾਂ ਵੱਜਦੀਆਂ ਨੇ ਅਸੀਂ ਕੱਲ ਨੂੰ ਪਾੜ ਦੇਣੀ ਯਾਰ ਪੁਰਾਣੀ ਛਤਰੀ ਸਭ ਤੋਂ ਪਹਿਲਾਂ ਮੈਂ ਕਿਹਾ ਸਕਰੀਨ ਲਿਆਈਏ ਸਮਾਨ ਜਿਹਾ ਇਕੱਠਾ ਕਰ ਲਈਏ ਮੁੜ ਕੇ ਹੌਲੀ ਹੌਲੀ ਲੱਗੇ ਰਵਾਂਗੇ ਗਾਇਸ ਲਈਏ ਸਮਾਨ ਸਮੂਨ ਬਾਈ ਤੋਂ ਆਹ ਪਹਿਲਾਂ ਚਲਾ ਕੇ ਦੇ ਗਾਇਸ ਆਹ ਲੈ ਲਈਏ ਆਪਾਂ ਠੀਕ ਆ ਬਾਕੀ ਦੱਸਿਓ ਕਮੈਂਟ ਕਰਕੇ ਕਿ ਕਿੱਦਾਂ ਦੀ ਲੱਗੀ ਮਲਟੀ ਕਲਰ ਵਾਲੀ ਆ ਗੁੱਗ ਡਾਇਨਾਸੌਰ ਸਾਰਾ ਕੁਛ ਬਹਿ ਜਾਂਦਾ ਚੌਕੇ ਦੀ ਰਿਪੋਰਟ ਆ ਇੱਕ ਇਹ ਲੈ ਚੱਲਦੇ ਇੱਕ ਲੈ ਚੱਲਦੇ ਰੇਸ ਅਤੇ ਹੋਰ ਤਾਂ ਆਪਣੇ ਕੋਲ ਕਿਹੜਾ ਸਮਾਨ ਹੈਗਾ ਯਾਰ ਸਾਰਾ ਹੋਰ ਤਾਂ ਓਕੇ ਦੀ ਰਿਪੋਰਟ ਇੱਕ ਰੇਸ ਅਤੇ ਇੱਕ ਇਹ ਇੱਕ ਪੱਤੀ ਵੀ ਲੈ ਹੀ ਲਏ ਯਾਰ ਸਵਰਾਜ ਵਾਲੀ 855 ਵਾਲੀ ਤੇਲ ਤੂਲ ਮਹਿਨਾ ਪੈਂਦਾ ਯਾਰ ਕਈ ਵਾਰੀ ਉਵੇਂ ਨਾ ਆਵੇ ਆਹ 855 ਵਾਲੀ ਆ ਉਹ 44 ਵਾਲੀ ਆ ਇਹਦਾ ਚੀਜ਼ ਜ਼ਰੂਰੀ ਹੈ ਯਾਰ ਗੇਜ ਨਹੀਂ ਸਹੀ ਦੱਸਦੀ ਇਹ ਬੱਤੀ ਮਾਰ ਕੇ ਅਗਲਾ ਦੇਖ ਲੈਂਦਾ ਕਿੰਨਾ ਤੇਲ ਆ ਫਿਰ ਉਹ ਜਿਸ ਹਿਸਾਬ ਨਾਲ ਬੰਦਾ ਪਾ ਪੂ ਲੈਂਦਾ ਤੇਲ ਤਾਂ ਅਸੀਂ ਕਿਉਂ ਪਾਉਣਾ ਹੁੰਦਾ ਬੋਤਲ ਨਾਲ ਨਹੀਂ ਯਾਰ ਬੋਤਲ ਨਾਲ ਨਹੀਂ ਗਾਈਦਾ ਟੈਂਕੀ ਫੁੱਲ ਕਰਾ ਕੇ ਰੱਖੀ ਦੀ ਹੈ ਪਰ ਇਹ ਤਾਂ ਐਂ ਆ ਯਾਰ ਪੱਤੀ ਤਾਂ ਚਾਹੀਦੀ ਚਾਹੀਦੀ ਆ ਅਤੇ ਉਹਦਾ ਮਜ਼ਾਕ ਨਾ ਕਹਿੰਦਾ ਵੀ ਭਰਾਵਾ ਉਦਣ ਵਾਲਾ ਧੱਕਾ ਹੋਇਆ ਇੱਕ ਦਿਨ ਹੀ ਹੈਪੀ ਨੇ ਨਹੀਂ ਬਾਈ ਦੋ ਦਿਨ ਯਾਰ ਛੋਟਾ ਭਰਾ ਚਲਾਈ ਗਿਆ ਟਰੈਕਟਰ ਉਹਨੇ ਉਵੇਂ ਹੀ ਘਰੇ ਖੜਾਤਾ ਮੈਂ ਬਾਜ਼ਾਰ ਲੱਗਿਆ ਸਾਲਾ ਬਾਜ਼ਾਰ 'ਚ ਹੀ ਖੜ ਗਿਆ ਸਾਰੀ ਜਨਤਾ ਮੇਰੇ ਅੰਨੀ ਦੇਖ ਕੇ ਬੋਤਲ ਨਾਲ ਤੇਲ ਪਾਈ ਜਾਂਦਾ ਏਡੇ ਟਰੈਕਟਰ 'ਚ ਹਾਂ ਤਾਂ ਹੀ ਪੱਤੀ ਲਈ ਆ ਹੈਂ ਉਹੀ ਪਾਵਰ ਕਰਾਂਗੇ ਨਾ ਹਿੱਸਾ ਆਪਾਂ ਐਲਗੀ ਵਾਲਾ ਪਾ ਕੇ ਨਵਾਂ ਹੀ ਭਰੋਂਗੇ ਤੇ ਰੇਸ ਲਈਏ ਹੈ ਨਾ ਆਹ ਵੀ ਘੈਂਟ ਲੱਗਦਾ ਅੱਛਾ ਫਿਕਸ ਆ ਹੁੰਦਾ ਨੀਗਾ ਓਕੇ ਬਾਕੀ ਦੇਖਦੇ ਮੁੰਡੇ ਖੜ ਜਾਓ ਤੁਹਾਨੂੰ ਬਸ ਗਾਇਸ ਤਿੰਨ ਚੀਜ਼ਾਂ ਲੈਣੀਆਂ ਇੱਕ ਲੈ ਲਈ ਰੇਸ ਅਤੇ ਇੱਕ ਪੱਤੀ ਉੱਥੇ ਹੀ ਰੱਖੀ ਜਾਂਦੀ ਯਾਰ ਦੇਖ ਲਓ ਇੰਨਾ ਕੀ ਕਹਿੰਦੇ ਹੁੰਦੇ ਆ ਇੱਥੇ ਰੱਖਤੀ ਸੀ ਕਿੱਧਰ ਗਈ ਪੱਤੀ ਜੀ ਕਿੱਥੇ ਆ ਇੱਥੇ ਰੱਖੀ ਸੀ ਸ਼ਾਇਦ ਆਹ ਪਈ ਹਾਂ ਪੱਤੀ ਫੜ ਲਾ ਚਾਚਾ ਗਲਤ ਨਾ ਬੋਲ ਕਾਜ ਗਾਲ ਜਾ ਲੈ ਲਿਆ ਆਪਾਂ ਐਲ ਈ ਡੀ ਠੀਕ ਆ ਲੈ ਲਿਆ ਸਮਾਨ ਸਰ ਗਏ ਸਮਾਨ ਸਮੂਨ ਲੈ ਲਿਆ ਅਤੇ ਹੁਣ ਆਪਾਂ ਚੱਕ ਲਈਏ ਐਲ ਈ ਡੀ ਅੱਛਾ ਬਾਈ ਲਿਫਾਫੇ ਜੀ ਪਾ ਦੇ ਆਹ ਦੋ ਜੋੜੀਆਂ ਵੀ ਹਨਾ ਦੋ ਹੀ ਹੁੰਦੀਆਂ ਬਾਈ ਬਸ ਠੀਕ ਆ ਗਾਈ ਫਿਰ ਆਪਾਂ ਇੱਕ ਇਹਦੇ ਥੱਲੜਲੇ ਪਾਸੇ ਪੱਤੀ ਚਲੋ ਤਾਂ ਵੇਖਦੇ ਹਾਂ ਨਾ ਕਿਵੇਂ ਬਣਾਉਣੀ ਆ ਬਸ ਠੀਕ ਆ ਚਲੋ ਠੀਕ ਆ ਬਾਈ ਜੀ ਆਹ ਲਿਫਾਫੇ 'ਚ ਤਾਂ ਪਵਾ ਲਏ ਗਾਈਸ ਆਹ ਲਿਆਂਦੀ ਆਪਾਂ ਠੀਕ ਆ ਅਤੇ ਇੱਕ ਲਿਆਂਦੀ ਆ ਤੇਲ ਮਹਿਣ ਵਾਲੀ ਪੱਤੀ ਇੱਕ ਲਿਆਂਦੀ ਆ ਰੇਸ ਠੀਕ ਆ ਰੇਸ ਤੁਹਾਨੂੰ ਮੈਂ ਦਿਖਾ ਦਿੰਦਾ ਇਹ ਹੈਗੀ ਆ ਮੈਸੀ ਵਾਲੀ ਰੇਸ ਸ਼ਾਇਦ ਤੁਹਾਨੂੰ ਦਿਖਾਈ ਦਿੱਤੀ ਸੀ ਮੈਂ ਅਤੇ ਆਹ ਵਾਲੀ ਰੇਸ ਆ ਠੀਕ ਆ ਇਹ ਨਿਕਲ ਆਹ ਵਾਲੀ ਰੇਸ ਠੀਕ ਆ ਇਹ ਆਪਾਂ ਕੱਲ੍ਹ ਨੂੰ ਫਿੱਟ ਕਰਾ ਕੇ ਲਿਆਵਾਂਗੇ ਇਹ ਹੋਊਗੀ ਫਿੱਟ ਇੱਕ ਪੈਰ ਇਹਦਾ ਇੱਥੇ ਫਿੱਟ ਹੋਊਗਾ ਇੱਕ ਹੋਊਗਾ ਪਰਲੇ ਪਾਸੇ ਥੋੜ੍ਹੀ ਉੱਚੀ ਕਰਾ ਕੇ ਲਾਵਾਂਗੇ ਕਿ ਸੋਹਣੀ ਜੀ ਲੱਗੀ ਠੀਕ ਹੈ ਅਤੇ ਰੰਗ ਵੀ ਕਰਾ ਕੇ ਲਿਆਵਾਂਗੇ ਇਹਨੂੰ ਇਹਨੂੰ ਆਪਾਂ ਲਿਫਾਫੇ 'ਚ ਹੀ ਪਾ ਦਿੰਦੇ ਹਾਂ ਠੀਕ ਹੈ ਇੱਥੇ ਰੱਖ ਦਿੰਦੇ ਹਾਂ ਆਹ ਹੈਗੀ ਤੇਲ ਮਹਿਣ ਵਾਲੀ ਪੱਤੀ ਇਹਨੂੰ ਵੀ ਆਪਾਂ ਟਰੈਕਟਰ ਦੇ ਉੱਤੇ ਰੱਖ ਦਿੰਦੇ ਹਾਂ ਕਿਉਂਕਿ ਨਾ ਗੇਜ ਨਾਲ ਸਹੀ ਕਈ ਵਾਰੀ ਸਹੀ ਨਹੀਂ ਮਿਲਿਆ ਜਾਂਦਾ ਪੱਤੀ ਨਾਲ ਮਿਲਿਆ ਕਰਾਂਗੇ ਅਤੇ ਹੁਣ ਆਪਾਂ ਦੇਖਦੇ ਹਾਂ ਚਲਾ ਕੇ ਠੀਕ ਹੈ ਹਲੇ ਪਤਾ ਲੱਗ ਜੂਗਾ ਕਿੱਦਾਂ ਦੀ ਲੱਗਦੀ ਆ ਸਹੀ ਹੈ ਯਾਰ ਹੈ ਨਾ ਮੈਨੂੰ ਹੋਰ ਹੀ ਡਾਊਟ ਜਿਹਾ ਸੀਗਾ ਮੈਂ ਕਿਹਾ ਪਤਾ ਨਹੀਂ ਕੀ ਚੱਕਰ ਆ ਵੀ ਦੱਸਿਆ ਬਾਕੀ ਚਲਾ ਕੇ ਦੇਖਦੇ ਹਾਂ ਗਾਈਸ ਇਹ ਤੇ ਨਾ ਜਿਹੜਾ ਕੋਈ ਮਰਜ਼ੀ ਲਾ ਲਓ ਅੱਖਰ ਲਾ ਲਓ ਡਾਇਨਾਸੌਰ ਲਾ ਲਓ ਅੱਗ ਲਾ ਲਓ ਆਹ ਵੇਖੋ ਅੱਗ ਜੀ ਮਾਈ ਦੀ ਲਾਈ ਆ ਘੈਂਟ ਲੱਗਦੀ ਹੈ ਬਾਕੀ ਬਹੁਤ ਸਾਰੇ ਡਿਜ਼ਾਇਨ ਇਹਦੇ 'ਚ ਮੈਂ ਹੋਰ ਤਿੰਨ ਚਾਰ ਤੁਹਾਨੂੰ ਕਰਕੇ ਦਿਖਾਉਣਾ ਚਾਹੁੰਦਾ ਆਹ ਦੇਖੋ ਕਿਵੇਂ ਗਾਣੇ ਨਹੀਂ ਚੱਲਦੇ ਹੁੰਦੇ ਉਹਨਾਂ ਦੀ ਆਈਟਮ ਜੀ ਵੱਜਦੀ ਹੁੰਦੀ ਹੈ ਕੀ ਹੋਰ ਦੇਖਦੇ ਹਾਂ ਕਰਕੇ ਇੱਕ ਦੋ ਗਾਈਸ ਪੰਗੇ ਪੁੰਗੇ ਅਸੀਂ ਵਾਹਵਾ ਲੈ ਕੇ ਦੇਖੇ ਆਹ ਇੱਚ ਕਿਵੇਂ ਲੱਗ ਗਈ ਆਉਂਦੀ ਆ ਗੱਲ ਕੀ ਹੈ ਇਹਨੂੰ ਦੇਖਦੇ ਹਾਂ ਟੀ ਤਾਂ ਹੀ ਆਉਂਦਾ ਇਹ ਅੱਖਰ ਛੋਟੇ ਕਰਨ ਦਾ ਦੱਸੋ ਮੁੰਡੇ ਉਹ ਕਿਵੇਂ ਆ ਕੋਲ ਸਮਿਥ ਡਾਇਨਾਸੌਰ ਓਕੇ ਦੀ ਰਿਪੋਰਟ ਆ ਲੱਕੀ ਹੁਣ ਆਊਗਾ ਗੋਲਡ ਸਮਿਥ ਠੀਕ ਹੈ ਉਦੋਂ ਬਾਅਦ ਆਊਗਾ ਡਾਇਨਾਸੌਰ ਚੱਕ ਹੁਣ ਜਮਾਂ ਓਕੇ ਦੀ ਰਿਪੋਰਟ ਆ ਬਾਕੀ ਹੋਰ ਵਾਧੂ ਫੀਚਰ ਹੈ ਇਹ 'ਚ ਹੌਲੀ ਹੌਲੀ ਐਡ ਕਰਾਂਗੇ ਅਤੇ ਹਨੇਰਾ ਵਾਹਵਾ ਹੋ ਗਿਆ ਮੈਂ ਫੋਨ ਲਾਉਂਦਾ ਘਰ ਡੈਡੀ ਹੁਣ ਲੈ ਜਾਣਗੇ ਜਾਂ ਚਾਚਾ ਛੱਡ ਆਊਗਾ ਕੋਈ ਨਾ ਕੋਈ ਕਰਦੇ ਜਗਾੜ ਇੱਕ ਫੋਟੋ ਖਿੱਚ ਲਈ ਇੱਥੇ ਫਿਰ ਚੱਲਦੇ ਹਾਂ ਠੀਕ ਆ ਅਤੇ ਕੱਲ੍ਹ ਨੂੰ ਆਪਾਂ ਛਤਰੀ ਦੀ ਸੀਲਿੰਗ ਦਾ ਕਰਾਂਗੇ ਕੰਮ ਕੁੰਮ ਅਤੇ ਇੱਕ ਰੇਸ ਫਿੱਟ ਦੇਖਾਂਗੇ ਜਾਂ ਜੇ ਕੱਲ੍ਹ ਨੂੰ ਟਾਈਮ ਲੱਗਾ ਤਾਂ ਕੱਲ੍ਹ ਨੂੰ ਕਰਾ ਲਿਆਵਾਂਗੇ ਨਹੀਂ ਤਾਂ ਫਿਰ ਪਰਸੋਂ ਦੇਖ ਲਾਂਗੇ ਠੀਕ ਆ
गाइस लाइटां लूटां कर देंगे बंद ते इह कल नूं चाचा कर देंगे स्टार्ट है ना। बस चाचा कहिंदा कल नूं कर देंगे काम स्टार्ट। ये डाउन सीलिंग कल नूं सारी पट देनी, जिहड़ा उह कपड़ा लिआंदा सी उही ला देंगे है ना। हाँ कपड़ा पिया वा ते आपां नूं प्लाई पलूई है। हाँ ऐ करना ते हुण आपां नूं प्लाई पलूई लियाउणी पैणी है। वो देखते हैं कल नूं जिहड़ा कुछ चाहिए हो एम्प ते कहिंदा काला जिहा ला दूगा मुड़ के उदू बाद आपां लाइटिंग लूइटिंग करांगे। तो कल गाइस लाइटां लूटा का कल मेरे सा अपना समान सारा ही पूरा कर लगे डाउन सीलिंग का लाइटा शाइटा जा पहला लग ही जाने हौली हौली समान लियाई जावे यार देख लाँगे है ना। आ कर दिए हम बंद ये बंद करने वास्ते अर्थ वाली तार एकदम फट तू आप ही रख दे पक्की भी फिट कर दिना हमने एकदम अर्थ वाली तारा देना एक तार सामभ के रख दे ते पत्ती तो ट्रैक्टर से रख देंगे यार बंद ले गई ट्रैक्टर ची रख देंगे पत्ती ते जेड़ी पैर वाली रेस ए भी कल नू यार फिट कराई लावांगे चाचा घंटे का ही काम हां घरे नहीं लोट आनी चाचा उन्होंने हिसाब उन्होंने मिनट पंजा च कर देनी है आलमाले वाले तो ही। हाँ बई तो रेस फिट करा के लियावे ठीक है ते आ उन्हें ला देने यार देख आ ला देने हाँ उन्होंने कहोंगे इथे जे करके कर क्योंकि हुण आ ना इथे पैर नहीं रखा जांदा चाचा आवे इहदे नाल ही इथों वढ के इथे पत्ती ला के पत्ती बना के नाटक आस दे करूगा ना आवे इथो वढ के इन्हें आए ये भैन पुठे से ले आंदा नहीं यार गलत ले आंदा पत्ती लोन नु हो जा कुछ पता नहीं गाइस दस्यो यार कादे वास्ते साला नहीं नहीं साल उही पाए वे कुछ लोन लून वास्ते जाए ते लेदर लून लाओ की कहंदे हुंदे अबे की कहंदे हुंदे विच चूड़ी भी है यार मैट मूट जा रखन नु चल पता हो सकदा यार हो सकदा बाकी मैं देख लेना किसी दी वीडियो वीडियो की हिसाब किताब आ ते बाकी चलो ठीक है गाइस जाई दी वीडियो वधिया लगी लाइक शेयर एंड कमेंट जरूर कर दो चैनल नु कर दो सब्सक्राइब समान आपा वा सारा लेके आंदा ते बस ठीक है फिर कल तो लग जाने डाउन सीलिंग कराउन डाउन सीलिंग करन कराउन कि जे ना भी करनी तेनू पता ही है ते रेस आपां फिट करा के लियावांगे ठीक है रेस साल मालू फिट करा के लियावांगे नाले तुहानू दुकान दिखा के लियावांगे जिन्हां तों तड़के सिद्धे आईंदा तड़के मैं 9 बजे आऊंगा 8 बजे उठ खड़ांगे नहा नू के 9 बजे नू आवांगे फिर काम कर देने स्टार्ट। उदू बाद गाइस 25 तरीक तो आपां म्यूजिक सिस्टम दा काम स्टार्ट कर देना। पर एक गल गाइस यार किहड़ी सैड न्यूज़ आ एक गल यार 1 तरीक तो लैके 11 तरीक तक जां 10 तरीक तक 10-11 दिन ब्लॉग अपने नहीं आने ये यार कोई काम आ जरूरी उत्थे जाना 10 दिन वास्ते 1 तरीक तो लैके 11 या 10 तरीक तक ब्लॉग नहीं आने ये हैगी सैड न्यूज ते गुड न्यूज हैगी 25 तरीक तो कहिंदे म्यूजिक सैशन दा काम स्टार्ट कर देना। बाकी चलो ठीक है जी अज दी वीडियो वधिया लगी लाइक शेयर कमेंट जरूर कर दो चैनल नूं कर दो सबसक्राइब बाय बाय। मुंडे चरनी चकाउंदे मारना मंजूरिया बंदा मारने दा काम साडा दस्तूरिया गल करदा आ पूरी जेड़ी कह दवा पहली काम हौली हौली करा कर दाना अणे कैली मुंडा पट्टिया रगाने तेरी नोज पेन दा तेरा झूठे खादा लक मेरा सीना बैन दा हुण दे दे तू जवाब बोलदा नहीं मैं बोलदा नहीं मैं पेंडू जिहा मुंडा कोले मोगे कोल दा।